ਤਾਂ ਬਿਲਕੁਲ ਸਰਹੱਦੀ ਪਿੰਡ ਹੈ ਪੱਛੀਆਂ, ਅਸੀਂ ਉਸ ਪਿੰਡ ਦੇ ਵਿੱਚ ਪਹੁੰਚੇ ਹਾਂ ਔਰ ਹੈਪੀ ਦੇ ਘਰ ਦੇ ਬਾਹਰ ਮੌਜੂਦ ਹਾਂ, ਤਾਂ ਪਰਿਵਾਰ ਦੇ ਨਾਲ ਵੀ ਗੱਲਬਾਤ ਕਰਾਂਗੇ। ਤਾਂ ਇਹ ਹੈਪੀ ਪੱਛੀਆਂ ਦਾ ਘਰ ਹੈ, ਤਾਂ ਸਧਾਰਨ ਪਰਿਵਾਰ ਹੈ, ਪਿੰਡ ਦੇ ਵਿੱਚ ਕਈ ਸਾਲਾਂ ਤੋਂ ਰਹਿ ਰਿਹਾ। ਤਾਂ ਜੇਕਰ ਮੈਂ ਪਰਿਵਾਰ ਦੀ ਗੱਲ ਕਰਾਂ ਤਾਂ ਹੈਪੀ ਦੀ ਮਾਂ ਔਰ ਭੈਣ ਇਸ ਘਰ ਦੇ ਵਿੱਚ ਰਹਿੰਦੇ ਨੇ, ਜਦਕਿ ਹੈਪੀ ਦੇ ਪਿਤਾ ਦੀ 2012 ਦੇ ਵਿੱਚ ਮੌਤ ਹੋ ਚੁੱਕੀ ਸੀ। ਤਾਂ ਹੈਪੀ ਜੋ ਹੈ ਨੌਕਰੀ ਦੇ ਲਈ ਦੁਬਈ ਜਾਂਦਾ ਹੈ, ਦੁਬਈ ਤੋਂ ਬਾਅਦ ਵਾਪਸ ਫਿਰ ਆਪਣੇ ਪਿੰਡ ਦੇ ਵਿੱਚ ਰਹਿੰਦਾ। ਤਾਂ ਇੱਕ ਸਾਲ ਲਗਭਗ ਇੱਥੇ ਬਿਤਾਉਣ ਤੋਂ ਬਾਅਦ ਹੈਪੀ ਜੋ ਹੈ ਇੰਗਲੈਂਡ ਚਲਾ ਜਾਂਦਾ ਹੈ ਔਰ ਇੰਗਲੈਂਡ ਤੋਂ ਬਾਅਦ ਅੱਜ ਕੱਲ੍ਹ ਉਹ ਅਮੈਰੀਕਾ ਦੇ ਵਿੱਚ ਰਹਿ ਰਿਹਾ। ਪਰ ਪਿਛਲੇ ਕਈ ਦਿਨਾਂ ਤੋਂ ਉਸਦਾ ਨਾਮ ਕਾਫੀ ਚਰਚਾ ਦੇ ਵਿੱਚ ਹੈ ਕਿ ਹੈਪੀ ਜੋ ਹੈ ਉਹ ਅਮਰੀਕਾ ਦੇ ਵਿੱਚ ਬੈਠ ਕੇ ਆਪਣਾ ਪੂਰਾ ਨੈਟਵਰਕ ਚਲਾ ਰਿਹਾ ਹੈ, ਉਸ ਵੱਲੋਂ ਦੇਸ਼ ਵਿਰੋਧੀ ਜਿਹੜੀਆਂ ਗਤੀਵਿਧੀਆਂ ਨੇ ਉਸ ਦੇ ਵਿੱਚ ਉਸਦਾ ਹੱਥ ਹੈ। ਪਰ ਪਰਿਵਾਰ ਦਾ ਕੀ ਪੱਖ ਹੈ ਉਹ ਜਾਣਨ ਦੇ ਲਈ ਅੱਜ ਅਸੀਂ ਪੱਛੀਆਂ ਪਿੰਡ ਦੇ ਵਿੱਚ ਪਹੁੰਚੇ ਹਾਂ। ਹੈਪੀ ਦੇ ਮਾਤਾ ਜੀ ਸਾਡੇ ਨਾਲ ਨੇ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਕਿ ਉਹਨਾਂ ਦੇ ਹੈਪੀ ਦੇ ਪਿਤਾ ਦੀ ਜੋ ਹੈ ਮੌਤ ਹੋ ਚੁੱਕੀ ਹੈ, ਹੈਪੀ ਦਾ ਜਿਹੜਾ ਦਾਦਾ ਹੈ ਉਹ ਵੀ ਪੰਜਾਬ ਪੁਲਿਸ ਦੇ ਵਿੱਚ ਸੇਵਾ ਨਿਭਾ ਚੁੱਕੇ ਨੇ। ਤਾਂ ਗੱਲਬਾਤ ਕਰਦੇ ਹਾਂ ਕਿ ਆਖਿਰਕਾਰ ਪੂਰਾ ਮਾਮਲਾ ਕੀ ਹੈ। ਮਾਤਾ ਜੀ ਇੱਕ ਗੱਲ ਦੱਸੋ, ਤੁਹਾਡੇ ਬੇਟੇ ਦਾ ਨਾਮ ਜਦੋਂ ਲਿਆ ਜਾਂਦਾ ਤਾਂ ਉਹਨੂੰ ਇੱਕ ਦੇਸ਼ ਵਿਰੋਧੀ ਤਾਕਤਾਂ ਦੇ ਨਾਮ 'ਤੇ ਜਾਣਿਆ ਜਾ ਰਿਹਾ, ਅਸਲੀਅਤ ਕੀ ਹੈ, ਇੱਕ ਮਾਂ ਕਿੱਦਾਂ ਦੇਖਦੀ ਹੈ ਹੈਪੀ ਨੂੰ? ਹਾਂਜੀ, ਉਹ ਦੱਸਿਆ ਜਾਂਦਾ ਇਹ ਸਭ ਸਰਕਾਰਾਂ ਦੀ ਜੇ ਗੱਲ, ਸਾਨੂੰ ਆਣ ਕੇ ਸਾਰਿਆਂ ਨੂੰ ਪਰੇਸ਼ਾਨ ਕਰਦੇ ਆ ਪੁਲਿਸ ਵਾਲੇ, ਆਣ ਕੇ ਸਾਡੇ ਰਿਸ਼ਤੇਦਾਰਾਂ ਨੂੰ ਇੰਨਾ ਕੁ ਤੰਗ ਕਰਦੇ ਆ, ਮੋਬਾਇਲ ਲੈ ਜਾਂਦੇ ਫੜ ਫੜ ਕੇ, ਸਾਡੇ ਵੀ ਖੜੇ, ਸਾਡੀ ਗੁੱਡੀ ਨੂੰ ਵੀ ਏਅਰਪੋਰਟ ਤੋਂ ਇਹਨਾਂ ਨੇ ਫੜਿਆ। ਇੱਦਾਂ ਸਾਨੂੰ ਤਾਂ ਇੰਨੀ ਪਰੇਸ਼ਾਨੀ ਹੈ ਜਿਹਦਾ ਕੋਈ ਅੰਤ ਨਹੀਂ ਆ, ਸਾਨੂੰ ਬਹੁਤ ਜ਼ਿਆਦਾ ਸਰਕਾਰਾਂ ਨੇ ਅਤੇ ਪੁਲਿਸ ਵਾਲਿਆਂ ਤੰਗ ਕਰ ਚੁੱਕੇ ਸਾਨੂੰ। ਪਰ ਜਿੱਦਾਂ ਪੇਸ਼ ਕੀਤਾ ਜਾਂਦਾ ਕਿ ਖੂੰਖਾਰ ਬਹੁਤ ਇੱਕ ਬੰਦਾ ਹੈ, ਬਾਹਰ ਬਹਿ ਕੇ ਦੇਸ਼ 'ਚ ਬਲਾਸਟ ਕਰਵਾ ਰਿਹਾ, ਧਮਾਕੇ ਕਰਾ ਰਿਹਾ, ਇਹੋ ਜਿਹੀ ਗੱਲ ਦਾ ਸਾਨੂੰ ਕੋਈ ਪਤਾ ਨਹੀਂ ਹੈ ਇਹ ਟਾਈਮ। ਮੈਨੂੰ ਸਾਡੇ ਨਾਲ ਕੋਈ ਸ਼ੇਅਰ ਨਹੀਂ, ਸਾਡੇ ਮੁੰਡੇ ਦੀ ਗੱਲ ਇਹੋ ਜਿਹੀ ਹੋਈ ਨਾ ਸਾਨੂੰ ਪਤਾ ਇਹ ਗੱਲ। ਵੈਸੇ ਗੱਲਬਾਤ ਹੁੰਦੀ ਹੈ? ਹਾਂ, ਕਦੇ ਕਦੇ ਹੋ ਜਾਂਦੀ, 4-5 ਦਿਨ ਬਾਅਦ, 10 ਦਿਨ ਬਾਅਦ ਹੋ ਜਾਂਦੀ। ਇਹਨਾਂ ਗੱਲਾਂ ਦਾ ਜ਼ਿਕਰ ਹੋਇਆ ਕਿ ਉਹਦੇ ਨਾਂ ਤੇ ਇਸ ਤਰੀਕੇ ਦੇ ਨਾਲ ਪੁਲਿਸ ਕਹਿੰਦੀ ਹੈ ਕਿ ਉਹ ਬਾਹਰ ਬਹਿ ਕੇ ਪੈਸੇ ਭੇਜਦਾ ਔਰ ਧਮਾਕੇ ਕਰਾਉਂਦਾ? ਨਾ, ਉਹ ਕਹਿੰਦਾ ਮੈਂ ਨਹੀਂ ਇਹਨਾਂ ਕੰਮਾਂ 'ਚ ਹੈਗਾ, ਬਸ ਇਹੋ ਦੱਸਦਾ। ਮੈਂ ਪੁੱਛਾਂ ਦੀ ਵਿਆਹ ਤੇਰਾ ਨਾਂ, ਕਹਿੰਦਾ ਲਾਉਂਦੇ ਰਹਿੰਦੇ, ਇਹਨਾਂ ਝੂਠਾ ਹੀ ਨਾਂ ਲਾਉਣਾ ਮੇਰਾ। ਤੇ ਜਦੋਂ ਇੱਥੇ ਰਹਿੰਦਾ ਸੀ ਇੰਡੀਆ, ਪਿੰਡ ਦੇ ਵਿੱਚ ਕੋਈ ਉਹਦੇ ਖਿਲਾਫ ਕੋਈ ਕੇਸ, ਕੋਈ ਲੜਾਈ ਝਗੜਾ, ਕੋਈ ਲੁੱਟ? ਕੋਈ ਕੇਸ ਨਹੀਂ ਆਇਆ ਟਾਈਮ ਤੇ, ਪਰ ਇਹਨਾਂ ਨੇ ਕੇਸ ਪਾਇਆ ਉਹਦਾ ਪੰਜਾਬ ਦਾ। ਹਾਂ, ਪਰ ਹੈ ਨਹੀਂ ਕੋਈ ਕੇਸ ਨਹੀਂ, ਮੈਂ ਕਸਮ ਖਾ ਕੇ ਕਹਿੰਦੀ ਆ ਵੀ ਕੋਈ ਕੇਸ ਨਹੀਂ ਉਹਦੇ ਸਿਰ ਤੇ। ਦੁਬਈ ਤੋਂ ਵਾਪਸ ਆਇਆ, ਇੱਕ ਸਾਲ ਇੱਥੇ ਰਿਹਾ, ਉਦੋਂ ਕਿਸੇ ਤਰ੍ਹਾਂ ਦਾ ਕੋਈ ਉਹਦਾ ਕੋਈ ਕੇਸ ਨਹੀਂ ਆ? ਨਾ, ਕੋਈ ਨਹੀਂ ਕੇਸ, ਸਿੱਧਾ ਹੋ ਗਿਆ 8 ਪੈਰਾਂ 'ਚ। ਜੇ ਕੇਸ ਹੁੰਦਾ ਤਾਂ ਫਿਰ ਉਹਨੇ ਦੂਜੀ ਤਰ੍ਹਾਂ ਜਾਣਾ। ਕੇਸਾਂ ਦੀ ਜਾਂ ਜਦੋਂ ਪੁਲਿਸ ਤੁਹਾਡੇ ਘਰ ਆਉਣਾ ਸ਼ੁਰੂ ਕਰਦੀ ਹੈ, ਇਹ ਜਦੋਂ ਅਮਰੀਕਾ ਪਹੁੰਚ ਜਾਂਦਾ ਉਸ ਤੋਂ ਬਾਅਦ ਇਹ ਸਿਲਸਿਲਾ ਸ਼ੁਰੂ? ਹਾਂਜੀ ਹਾਂਜੀ, ਉਦੋਂ ਬਾਅਦ। ਉਦੋਂ ਬਾਅਦ ਕੀ ਤੁਹਾਨੂੰ ਕੀ ਪੁਲਿਸ ਕਹਿੰਦੀ, ਕੀ ਤੁਹਾਨੂੰ ਕਿੱਦਾਂ ਦੀ ਪਰੇਸ਼ਾਨੀ ਦਾ ਸਾਹਮਣਾ? ਸਾਡੀਆਂ ਆਣ ਕੇ ਇਹਨਾਂ ਬਾਰੀਆਂ ਵੀ ਖੋਲਣੀਆਂ ਸ਼ੁਰੂ ਕੀਤੀਆਂ, ਜਨਾਨੀ ਇੱਕ ਲਿਆ ਕੇ। ਸਾਨੂੰ ਤਾਂ ਇੰਨਾ ਕੁ ਪਰੇਸ਼ਾਨ, ਤੇ ਰਿਸ਼ਤੇਦਾਰਾਂ ਨੂੰ, ਸਾਡੇ ਰਿਸ਼ਤੇਦਾਰ ਟੁੱਟ ਗਏ ਸਾਡੇ ਤੋਂ, ਪਿੰਡ ਦੇ ਵੀ ਘਰ ਦੇ ਵਿੱਚ ਬਸ 2 ਲੇਡੀਜ਼ ਹੀ ਰਹਿੰਦੀਆਂ, ਐਂ ਦੋਵੇਂ ਜਾਣੀਆਂ ਰਹਿੰਦੀਆਂ ਮਾਵਾਂ ਧੀਆਂ। ਸਾਨੂੰ ਤੰਗ ਇੰਨਾ ਕੁ ਕਰਦੇ, ਕੱਲ ਵੀ ਆਏ, ਮੋਬਾਇਲ ਵੀ ਇਹ ਇਹਨਾਂ ਕੋਲ ਲੁਕਾ ਲੁਕਾ ਰੱਖਣੇ, ਸਾਡੇ ਮੋਬਾਈਲ ਨਾਲ ਲੈ ਜਾਣਾ, ਅੱਗੇ ਵੀ ਇਹਨਾਂ 3-4 ਮੋਬਾਈਲ ਲੈ ਗਏ ਸਾਡੇ। ਇਹ ਗੱਲਬਾਤ ਕਰਦਾ, ਹੈਪੀ ਦੇ ਸਿਸਟਰ ਸਾਡੇ ਨਾਲ ਨੇ, ਜਿੱਦਾਂ ਇਹਨਾਂ ਨੇ ਜ਼ਿਕਰ ਕੀਤਾ ਕਿ ਤੁਸੀਂ ਵੀ ਬਾਹਰ ਜਾਣਾ ਸੀ, ਤੁਹਾਡੇ ਨਾਲ ਕੀ, ਤੁਸੀਂ ਆਪਣੀ ਹੱਡ ਬੀਤੀ ਬਤਾਓ। ਇਹਨਾਂ ਪਹਿਲਾਂ ਤੇ ਅੰਕਲ ਜੀ ਇੱਥੇ ਆ ਜਾਂਦੇ ਨੇ ਬੂਵੇ ਗਾੜੀ ਆ ਕੇ, ਮੰਮੀ ਦੇ ਨਾਲ ਬੜਾ ਬਦਸਲੂਕੀ ਕਰਦੇ ਨੇ,
ਫਿਰ ਮੈਂ ਆ ਕੇ ਇਹਨਾਂ ਨਾਲ ਗੱਲ ਕੀਤੀ, ਬਾਰੀਆਂ ਸਾਰੀਆਂ ਸਾਡੀਆਂ ਫੋਲਦੇ ਨੇ ਆ ਕੇ, ਅਸੀਂ ਦੋਵੇਂ ਜਾਣੇ ਹੁੰਦੇ, ਰਮਦਾਸ ਦੀ ਪੁਲਿਸ ਵੀ, ਫਿਰ ਕਿਤੋਂ ਖੇਮਕਰਨ ਤੋਂ ਆਉਂਦੀ, ਕਦੇ ਤਰਨ ਤਾਰਨ ਤੋਂ ਆਉਂਦੀ ਆ। ਕੱਲ ਦੇ ਚੰਡੀਗੜ੍ਹ ਤੋਂ ਸਟਾਫ ਆਇਆ, ਮੈਂ ਉਹਨਾਂ ਨੂੰ ਕਿਹਾ, ਮੈਂ ਅੰਕਲ ਤੁਸੀਂ ਫੋਟੋਆਂ ਕਿਉਂ ਲੈਂਦੇ ਪਏ ਸਾਡੇ ਘਰ ਦੀਆਂ? ਕਹਿੰਦੇ ਤੂੰ ਚੁੱਪ ਕਰਕੇ ਬਹਿ ਜਾ, ਗਾੜੀਓ ਮੈਨੂੰ ਸਵਾਲ ਕਰਦੇ ਨੇ, ਸਾਨੂੰ ਦੋਵਾਂ ਨੂੰ ਇਹ ਸਵਾਲ ਕਰਨ ਦੇ, ਇਹਨਾਂ ਦਾ ਬਣਦਾ ਕੋਈ ਗੱਲ? ਤੇ ਵੀਰੇ ਦਾ ਜਿਹੜਾ ਇਹ ਨਾਮ ਲਾਉਂਦੇ, ਚਾਹੇ ਤਾਂ ਸਰਕਾਰਾਂ ਰਲੀਆਂ, ਇਹ ਪੁਲਿਸ ਵਾਲੇ ਖੁਦ ਆਪ ਇਹਨਾਂ ਨੂੰ ਸਟਾਰ ਲਾਏ ਜਾਣੇ, ਸਾਡੇ ਦੋਵੇਂ ਭੈਣ ਭਰਾਵਾਂ ਦੀ ਜ਼ਿੰਦਗੀ ਖਰਾਬ ਕਰਦੇ ਪਏ ਆ। ਸਾਡੇ ਮਦਰ ਨੇ ਸਾਨੂੰ ਕਿੱਦਾਂ ਪਾਲਿਆ, ਸਾਡੇ ਫਾਦਰ ਤੋਂ ਬਾਅਦ ਸਾਨੂੰ ਪਤਾ। ਪਰ ਜਿੱਦਾਂ ਇਹ ਗੱਲ ਕਹੀ ਜਾਂਦੀ ਕਿ ਉਹ ਬਹੁਤ ਵੱਡੇ ਜਿਹੜੇ ਧਮਾਕੇ ਜਾਂ ਬਹੁਤ ਕੁਝ ਕਰਾ ਰਿਹਾ, ਪੈਸਾ ਬਹੁਤ ਸਾਰਾ ਭੇਜਦਾ, ਤੁਹਾਨੂੰ ਕਿੰਨਾ ਕੁ ਪੈਸਾ ਹੁਣ ਤੱਕ ਆ ਚੁੱਕਾ? ਕਿਉਂਕਿ ਉਹ ਵੀ ਲੋਕ ਜਾਣਨਾ ਚਾਹੁੰਗੇ ਕਿ ਜੇਕਰ ਇੰਨਾ ਕੋਈ ਤਗੜਾ ਬਾਹਰ ਬੈਠ ਕੇ ਬੰਦਾ ਕੰਮ ਕਰ ਰਿਹਾ, ਤੁਹਾਨੂੰ ਕੋਈ ਪੈਸਾ ਭੇਜਿਆ ਜਾਂਦਾ? ਸਾਨੂੰ ਅਕਾਊਂਟ ਸਾਡੇ ਫਰੀਜ਼ ਕਰ ਦਿੱਤੇ, ਮੇਰਾ ਵੀ ਕਰ ਦਿੱਤਾ, ਮਦਰ ਦਾ ਵੀ ਕਰ ਦਿੱਤਾ। ਜਿਹਨਾਂ ਫਰੀਜ਼ ਕੀਤੇ ਉਹਨਾਂ ਨੂੰ ਪਤਾ ਹੀ ਆ ਸਾਡੇ ਅਕਾਊਂਟ 'ਚ ਕਿੰਨੇ ਪੈਸੇ ਆ, ਤੇ ਇਸ ਪਿੰਡ 'ਚ ਵੀ ਰੌਲਾ ਪਾਉਂਦੇ, ਕਰੋੜਾਂ ਦੇ ਆਉਂਦੇ, ਇੱਦਾਂ ਆਉਂਦੇ ਪਿੰਡ, ਇੱਥੇ ਸਾਰੇ ਨੂੰ ਕਹਿੰਦੇ, ਪੁਲਿਸ ਵਾਲਿਆਂ ਨੂੰ, ਫਿਰ ਪੁਲਿਸ ਵਾਲੇ ਖੁਦ ਪਿੰਡ ਵਾਲਿਆਂ ਨੂੰ ਕਹਿੰਦੇ ਆਹ ਕਰਦੇ ਆ ਉਹ ਕਰਦੇ। ਇੱਥੇ ਆ ਕੇ ਵੀ ਫਿਰ ਮੰਮੀ ਨਾਲ ਬਹਿਸ ਬਸਾਈ ਕੀਤੀ ਤਰਨ ਤਾਰਨ ਤੋਂ, ਪੁਲਿਸ ਜਿਹੜੀ ਆਈ ਸੀ, ਰਿਸ਼ਤੇਦਾਰਾਂ ਨੂੰ ਵੀ ਫਿਰ ਬਹੁਤ ਜ਼ਿਆਦਾ ਬੋਲਦੇ ਨੇ। ਤੁਸੀਂ ਬਾਹਰ ਜਾਣਾ ਸੀ, ਤੁਹਾਡੇ ਨਾਲ ਕੀ ਹੋਇਆ, ਤੁਹਾਨੂੰ ਏਅਰਪੋਰਟ 'ਤੇ ਰੋਕ ਲਿਆ ਗਿਆ? ਹਾਂਜੀ, ਮੈਨੂੰ ਉਹ ਇਮੀਗ੍ਰੇਸ਼ਨ ਵਾਲੇ ਪੁੱਛਣ ਡਿਆ ਪਏ ਕਿ ਤੁਸੀਂ ਹਰਪ੍ਰੀਤ ਦੀ ਸਿਸਟਰ ਹੋ। ਮੈਂ ਹਾਂਜੀ। ਤੁਹਾਡੇ 'ਤੇ ਕਹਿੰਦੇ ਪਰਚੇ ਹੋਇਆ, ਮੈਂ ਕਿਹਾ ਕਾਹਦਾ, ਮੈਂ ਤਾਂ ਕੁਛ ਕੀਤਾ ਹੀ ਨਹੀਂ। ਕਹਿੰਦੇ ਡਿਵੋਰਸ ਵਗੈਰਾ ਦਾ ਪਰਚਾ ਚੱਲਦਾ ਪਿਆ। ਮੈਂ ਕਿਹਾ ਨਹੀਂ। ਕਹਿੰਦੇ ਪਰ ਤੁਹਾਡੇ 'ਤੇ ਕਾਰਵਾਈ ਹੋਣੀ ਆ। ਅਤੇ ਫਿਰ ਉਹਨਾਂ ਇੱਦਾਂ ਕੀਤਾ, ਫਿਰ ਉਹਨਾਂ ਉੱਥੋਂ ਪੁਲਿਸ ਸਾਰੀ ਸੱਦ ਲਈ ਅਤੇ ਮੈਨੂੰ ਲੈ ਗਏ ਫਿਰ ਅਮਦਾਸ ਲੈ ਆਉਣ ਦਾ। ਤਾਂ ਇਹ ਹੈ ਹੈਪੀ ਪੱਛੀਆਂ ਦਾ ਪਰਿਵਾਰ, ਮਾਂ ਔਰ ਬੇਟੀ ਦੋਵੇਂ ਘਰ ਦੇ ਵਿੱਚ ਰਹਿੰਦੀਆਂ ਨੇ, ਪਰ ਉਹਨਾਂ ਦਾ ਕਹਿਣਾ ਕਿ ਉਹਨਾਂ ਦੇ ਪਰਿਵਾਰਕ ਮੈਂਬਰ ਜਾਂ ਜੇਕਰ ਭੈਣ ਦੀ ਗੱਲ ਕਰੀਏ, ਉਹਨਾਂ ਦਾ ਕਹਿਣਾ ਕਿ ਮੇਰੇ ਭਰਾ ਦਾ ਔਰ ਮਾਂ ਦਾ ਕਹਿਣਾ ਕਿ ਮੇਰੇ ਪੁੱਤ ਦਾ ਨਹੀਂ, ਅਜਿਹੀਆਂ ਚੀਜ਼ਾਂ ਦੇ ਵਿੱਚ ਕੋਈ ਰੋਲ ਨਹੀਂ ਹੈ। ਪਰ ਜਿੱਥੋਂ ਤੱਕ ਦੇਸ਼ ਦੀਆਂ ਜਿਹੜੀਆਂ ਇਨਵੈਸਟੀਗੇਸ਼ਨ ਏਜੰਸੀਆਂ ਨੇ, ਉਹ ਆਪਣੇ ਪੱਧਰ 'ਤੇ ਇਲਜ਼ਾਮ ਲਗਾਉਂਦੀਆਂ ਨੇ, ਵੱਖ ਵੱਖ ਧਾਰਾਵਾਂ ਦੇ ਤਹਿਤ ਹੈਪੀ ਦੇ ਖਿਲਾਫ ਕਈ ਥਾਵਾਂ 'ਤੇ ਮਾਮਲੇ ਜਿਹੜੇ ਉਹ ਦਰਜ ਨੇ। ਪਰ ਇਹਨਾਂ ਦਾ ਕਹਿਣਾ ਕਿ ਹੈਪੀ ਅਮੈਰੀਕਾ ਦੇ ਵਿੱਚ ਰਹਿ ਰਿਹਾ, ਉਸ ਦਾ ਕੀ ਕਿਸੇ ਦੇ ਨਾਲ ਸੰਪਰਕ ਹੈ, ਇਹਨਾਂ ਨੂੰ ਉਸ ਬਾਰੇ ਨਾ ਤਾਂ ਕੋਈ ਜਾਣਕਾਰੀ ਹੈ ਔਰ ਨਾ ਹੀ ਇਹਨਾਂ ਦਾ ਕੋਈ ਉਸਦੇ ਵਿੱਚ ਰੋਲ ਹੈ। ਪਰ ਹੈਪੀ ਦੇ ਕਰਕੇ ਇਹਨਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਜ਼ਰੂਰ ਕਰਨਾ ਪੈਂਦਾ ਹੈ, ਜਿਸ